ਹਾਂਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਮੈਂ ਪ੍ਰਵੀਨ ਕੁਮਾਰ। ਇਹ ਸਾਡੇ ਕੋਲ ਦੋਵੇਂ ਬੱਚੇ ਆ, ਸੇਮ ਡੇਟ ਆਫ ਬਰਥ ਦੇ ਆ। ਇਹਦੀ 2010 ਡੇਟ ਆਫ ਬਰਥ ਆ, ਇਹਦੀ 2009 ਆ। ਜ਼ਿਆਦਾ ਫਰਕ ਨਹੀਂ ਹੈ ਕੋਈ। ਅਤੇ ਅੱਜ ਇਹਨਾਂ ਦੀ ਸਪ੍ਰਿੰਟ ਵੇਖਦੇ ਹਾਂ। ਦੋਨੇ ਬੱਚੇ ਸਟੇਟ 'ਚੋਂ ਬਰੌਂਸ ਮੈਡਲ ਆ, ਦੋਵਾਂ ਦੇ ਸਟੇਟ 'ਚ ਬਰੌਂਸ ਮੈਡਲ ਆ, ਦੋਵੇਂ ਸਟੇਟ ਖੇਡੇ ਹੋਏ ਆ, ਦੋਨਾਂ ਦੇ ਬਰੌਂਸ ਮੈਡਲ ਆ। ਅਤੇ ਅੱਜ ਦੋਵਾਂ ਦੀ ਸਪ੍ਰਿੰਟ ਵੇਖਦੇ ਹਾਂ, ਇਹਨਾਂ ਦੋਨਾਂ ਦੇ ਵਿੱਚੋਂ ਪਹਿਲੇ ਨੰਬਰ 'ਤੇ ਕੌਣ ਆਉਂਦਾ। ਅਤੇ ਇਸ ਤੋਂ ਬਾਅਦ ਮੈਂ ਉੱਥੇ ਵਿਸਲ ਮਾਰੂੰਗਾ। ਇਹ ਆ ਸਾਡੇ ਏਕਮ, ਜੋ ਕੱਲ੍ਹ ਫਸਟ ਆਇਆ ਸੀਗਾ ਬੱਚਾ, 7 ਸਾਲ ਦਾ ਏ। ਅਤੇ ਡੇਟ ਆਫ ਬਰਥ ਕਿੰਨੀ ਬੱਚੇ? 2014। ਤੂੰ ਹੋ ਗਿਆ 8 ਸਾਲ ਦਾ, 9 ਸਾਲ ਦਾ। ਅਤੇ ਉਸ ਤੋਂ ਬਾਅਦ ਵਿਸਲ ਮਾਰੂੰਗਾ ਮੈਂ, ਇਹਨਾਂ ਦੋਨਾਂ ਦੇ ਵਿੱਚੋਂ ਵੇਖਦੇ ਹਾਂ। ਚਿਰਾਗ ਕਹਿ ਰਿਹਾ ਜੀ ਕੱਲ੍ਹ ਨੇ ਨੂਰ ਨੂੰ ਹਰਾਇਆ ਅਤੇ ਅੱਜ ਮੈਂ ਇਹਨੂੰ ਹਰਾਊਂਗਾ। ਅਤੇ ਕੰਪੀਟੀਸ਼ਨ ਵੇਖਾਂਗੇ, ਪਹਿਲੀ ਵਿਸਲ 'ਤੇ ਸਾਗਰ ਔਰ ਗਗਨ, ਅਤੇ ਦੂਜੀ ਵਿਸਲ 'ਤੇ ਚਿਰਾਗ ਔਰ ਏਕਮ। ਮੈਂ ਚੱਲਦਾ ਪਿੱਛੇ ਅਤੇ ਵਿਸਲ ਦੀ ਵੇਟ ਕਰਦਾ। ਪਹਿਲੋਂ ਇਹ ਵੱਜਣਗੇ ਬੇਟਾ, ਫਿਰ ਲਾਸਟ 'ਤੇ ਤੁਸੀਂ, ਠੀਕ ਆ? ਪਹਿਲੋਂ ਮੈਂ ਵਿਸਲ ਦੇਖੂੰਗਾ ਇਹਨਾਂ ਦੋਨਾਂ 'ਚ ਕੌਣ ਫੜਦਾ। ਇਹ ਉੱਥੇ ਰੈਡੀ ਹੋਣਗੇ, ਜਾ ਕੇ ਰੁਕਣਗੇ, ਉਸ ਤੋਂ ਬਾਅਦ ਵਿਸਲ ਮਾਰੂੰਗਾ ਫਿਰ ਤੁਹਾਡੇ ਦੋਵਾਂ ਦਾ, ਠੀਕ ਆ? ਓਕੇ, ਗੁੱਡ। ਟਰਾਈ ਕਰਨੀ ਆ, ਅੱਜ ਹਾਰੋਂਗੇ ਕੱਲ੍ਹ ਜਿੱਤਣਾ ਹੈ। ਓਕੇ, ਅਤੇ ਟਰਾਈ, ਅਤੇ ਚਲੋ ਦੇਖਦੇ ਹਾਂ ਗਗਨ ਅਤੇ ਸਾਗਰ ਦੇ ਵਿੱਚੋਂ ਪਹਿਲੇ ਨੰਬਰ 'ਤੇ ਕੌਣ ਆਉਂਦਾ। ਦੋਨੇ ਬੱਚੇ ਟਾਫ ਆ, ਦੋਨੇ ਬਹੁਤ ਵਧੀਆ, ਦੋਨਾਂ ਦਾ ਸਟੇਟ ਮੈਡਲ ਆ, ਬਰੌਂਸ ਆ ਦੋਵਾਂ ਦਾ। ਅਤੇ ਅੱਜ ਦੇਖਦੇ ਹਾਂ ਫਿਰ ਕੌਣ ਪਹਿਲੋਂ ਆਉਂਦਾ। ਧਿਆਨ ਰੱਖਿਓ ਸਾਰੇ ਨੇ, ਕਈ ਵਾਰੀ ਦੋਨੇ ਬਰਾਬਰ ਆਉਂਦੇ ਆ ਜਾਂ ਕੋਈ ਮੇਰੇ ਤੋਂ ਮਿਸਟੇਕ ਹੁੰਦੀ ਆ ਤਾਂ ਤੁਸੀਂ ਦੱਸੋਗੇ, ਹੈ ਨਾ? ਤੁਸੀਂ ਦੱਸੋਗੇ ਇਸ ਕਰਕੇ। ਅਤੇ ਓਕੇ ਓਕੇ, ਰੈਡੀ? ਸਾਗਰ, ਗਗਨ, ਵੈਰੀ ਗੁੱਡ, ਵੈਰੀ ਗੁੱਡ, ਦੋਨੋਂ ਬਰਾਬਰ ਆ, ਵੈਰੀ ਗੁੱਡ। ਕੋਈ ਗੱਲ ਨਹੀਂ, ਟਰਾਈ ਕਰਦੇ ਹਾਂ। ਵੈਰੀ ਗੁੱਡ, ਮੈਂ ਫੈਸਲਾ ਤੁਸੀਂ ਦੱਸਣਾ ਵੀ ਦੋਨੇ ਬਰਾਬਰ ਆ ਰਹੇ। ਵੀਡੀਓ ਤੁਸੀਂ ਵੇਖ ਸਕਦੇ ਹੋ, ਦੋਵੇਂ ਨੇ ਕੱਢ ਕੇ ਦੁਬਾਰੇ ਵੀ ਦੋਨੇ ਬਰਾਬਰ ਸੀਗੇ, ਕੋਈ 19 ਦਾ ਵੀ ਫਰਕ ਨਹੀਂ ਸੀ, ਥੋੜ੍ਹਾ ਜਿਹਾ ਫਰਕ ਸੀ, ਕੋਈ ਜ਼ਿਆਦਾ ਨਹੀਂ, ਪਰ ਵਿਸਲ ਮੇਰੇ ਹੱਥ 'ਚ ਆ, ਕਿਸੇ ਦੇ ਹੱਥ 'ਚ ਨਹੀਂ, ਇਸ ਕਰਕੇ ਦੋਵੇਂ ਬਰਾਬਰ ਸੀ। ਵੈਰੀ ਗੁੱਡ, ਹੁਣ ਆਪਾਂ ਵੇਖਦੇ ਹਾਂ ਚਿਰਾਗ ਔਰ ਨੂਰ, ਅਤੇ ਰੈਡੀ? ਚਿਰਾਗ ਦਾ ਵੇਟ ਕਾਫੀ ਆ, 55 ਕਿਲੋ, ਆਪਾਂ ਫਿਰ ਵੀ ਚਿਰਾਗ, ਵੈਰੀ ਗੁੱਡ, ਗੁੱਡ ਚਿਰਾਗ, ਓ ਵੈਰੀ ਗੁੱਡ, ਮੈਨੂੰ ਲੱਗਦਾ ਦੋਨੇ, ਵੈਰੀ ਗੁੱਡ, ਵੈਰੀ ਗੁੱਡ ਚਿਰਾਗ ਬੇਟਾ, ਗੁੱਡ ਚਿਰਾਗ ਵਿਨ ਰਿਹਾ। ਔਰ ਏਕਮ ਕੱਲ੍ਹ ਵਿਨ ਸੀਗਾ। ਐਂ ਚੱਲਦਾ ਹੈ ਜ਼ਿੰਦਗੀ ਦਾ ਖੇਲ ਆ, ਕਦੇ ਜਿੱਤ ਗਏ ਕਦੇ ਹਾਰ ਗਏ, ਇਹ ਮਿਹਨਤ ਹੁੰਦੀ ਆ। ਗੁੱਡ ਚਿਰਾਗ, ਵੈਰੀ ਗੁੱਡ ਬੇਟਾ, ਜ਼ਿਆਦਾ ਵੇਟ ਹੋਣ ਦੇ ਕਾਰਨ ਵੀ ਤੂੰ ਏਕਮ ਨੂੰ ਹਰਾਇਆ, ਵੈਰੀ ਗੁੱਡ। ਠੀਕ ਹੈ ਜੀ, ਸਾਰਿਆਂ ਦਾ ਬਹੁਤ ਧੰਨਵਾਦ। ਜੇ ਵੀਡੀਓ ਚੰਗੀ ਲੱਗੇ ਤਾਂ ਸ਼ੇਅਰ ਕਰਿਓ ਜ਼ਰੂਰ, ਅਤੇ ਜੇਕਰ ਨਾ ਚੰਗੀ ਲੱਗੇ ਚਲੋ ਵੇਖ ਕੇ ਛੱਡ ਦਿਓ, ਅਤੇ ਚੰਗੀ ਲੱਗੇ ਤਾਂ ਜ਼ਰੂਰ ਸ਼ੇਅਰ ਕਰਿਓ। ਸਾਡੇ ਕੁਛ ਬੱਚੇ ਛੁੱਟੀ 'ਤੇ ਚੱਲ ਰਹੇ ਆ, ਗਰਮੀ ਕਰਕੇ ਕੁਛ ਬੱਚਿਆਂ ਨੂੰ ਔਫ ਕੀਤਾ ਹੋਇਆ। ਓਕੇ, ਥੈਂਕ ਯੂ ਸਾਰਿਆਂ, ਧੰਨਵਾਦ।